अस्सलाम वालेकुम, मैं हूं आपकी होस्ट वीना मालिक एंड आई वेलकम यू टू मस्तियां। गांव की जिंदगी का हर पहलू शानदार है, सादगी, साफ सुथरी फजा, खुले डुले मन के उजले लोग और असूलों के तो इतने पक्के होते हैं कि किसी भी गांव में आज तक क्रिकेट मैच के लिए टॉस जीतकर कभी भी किसी ने पहले फील्डिंग का इंतखाब नहीं किया। और अपने आप को बाखबर रखना तो इतना ज़रूरी समझते हैं कि अपने घर में क्या पकाए बेशक इसकी खबर ना हो, मगर पड़ोसियों के बारे में ज़रूर इल्म होगा। ताहम रिश्तों की कदर कोई इनसे सीखे कि इख्तलाफात चाहे किसी भी नौयत के हों, मगर खुशी और गम सबका साझा होता है। इसीलिए तो सियाने कहते हैं ना कि जीना शहर का और मरना गाँव का। और लोग ऐसा भी तो कहते हैं ना कि मोहब्बत कभी मरती नहीं और उम्र से इसका कोई ताल्लुक नहीं होता। यकीन नहीं आता? आइए मेरे साथ, आपको इस जज्बे के शोख शरीर और चंचल रंग दिखाने गांव लेकर चलती हूँ। आइए। शुक्र है मेरे मालका, तू इस औरत दे होंदिया भी अपनी रहमत तू महरूम नहीं रखता। शुक्रिया, रिजक औरत दे पैर ना जुड़िया होया है। मेरे इत्थे आन तो पहले तू दुध ना रोटी खा के सो जाना सा। तो वेखना साडे नसीब की नहीं, सीधा दुध तू चणिया ते आया। तुहानू सालण दा सीन भी मैं ही दस्या सी। ਤੁਹਾਡਾ ਪੂਰਾ ਟੱਬਰ ਤੇ ਅੱਲਾ ਨਾਂਦਾ ਸੀ। ਅਸਲ ਵਾਲੀ ਗੱਲ ਹੈ। ਅਸਲਾਮ ਵਾਲੇਕੁਮ ਦਾਦੀ। ਵਾਲੇਕੁਮ ਸਲਾਮ। ਸਲਾਮ ਦਾਦਾ ਜੀ। ਹਾਂ ਮੇਰਾ ਪੁੱਤਰ ਆ ਜਾ। ਸਲਾਮ ਵਾਲੇਕੁਮ ਦਾਦੀ। ਬਸ ਠੀਕ ਹੈ, ਆ ਜਾ। ਬਹਿ ਜਾ ਯਾਰ, ਬਹਿ ਜਾ। ਤੂੰ 2 ਸਾਲ ਵੱਡਾ ਮੈਨੂੰ ਦਾਦਾ ਕਹਿ ਰਿਹਾ। ਬੇਖਤਰ ਪੁੱਤਰ। ਹਾਂ ਦਾਦੀ। ਆਪਣੇ ਦੋਸਤ ਨੂੰ ਪੁੱਛ ਕੇ ਦੱਸੇ ਨਾ, ਇਹ ਜਦੋਂ ਰੱਬ ਸੋੜਾ ਹੁਸਨ ਪਿਆ ਬਣਦਾ ਸੀ, ਇਹ ਤੇ ਇਹਦੀ ਬੇਬੇ ਕਿਤੇ ਸੁੱਤੇ ਤੇ ਨਹੀਂ ਰਹਿ ਗਏ। ਚੱਲ ਰਹਿਣ ਦੇ, ਮੈਂ ਤਫਸੀਲ ਪੁੱਛ ਕੇ ਤੇ ਹੋਰ ਡਿਪਰੈਸ ਹੋਵਾਂਗੀ। ਓ ਡਿਪਰੈਸ ਹੋ ਜਾਵਾਂਗੀ, ਮਤਲਬ ਫੋਨ ਔਰ ਟੈਕਨੋਲੋਜੀ ਦਾ ਅਸਰ ਜਿਹੜਾ ਨਜ਼ਰ ਆ ਰਿਹਾ ਹੈ। ਵੇਖ ਤੇਰੇ, ਇਹ ਤੇਰਾ ਦੋਸਤ ਅਜ਼ਰਾ ਮੱਛਰ ਦਾ ਮੁੰਡਾ ਨਹੀਂ? ਹਾਂ ਦਾਦੀ, ਉਹਦਾ ਹੀ ਹੈ। ਮੈਨੂੰ ਯਾਦ ਆਇਆ, ਅਜ਼ਰਾ ਇੱਕ ਦਿਨ ਕਹਿਣ ਲੱਗੀ ਕਿ ਮੈਂ ਇਹਦੇ ਪਿਓ ਨੂੰ ਸ਼ਿਕਾਇਤ ਲਾਈ ਕਿ ਮੁੰਡਾ ਆਵਾਰਾ ਹੋਣ ਲੱਗਾ ਹੈ। ਓ ਮੈਂ ਜਿੱਥੇ ਪੈਸੇ ਰੱਖਣੀ ਉੱਥੋਂ ਕੱਢ ਲੈਂਦਾ। ਕਹਿਣ ਲੱਗਾ ਕਮੀਨੇ ਦੀ ਕਿਤਾਬ 'ਚ ਪੈਸੇ ਰੱਖਿਆ ਕਰ। ਅੱਛਾ। ਉਸ ਦਿਨ ਤੋਂ ਬਾਅਦ ਫਿਰ ਉਹਦੇ ਪੈਸੇ ਨਹੀਂ ਗਾਇਬ ਹੋਏ। ਅਖਤਰ ਪੁੱਤਰ, ਮੈਂ ਰੋਟੀ ਲਿਆਵਾਂ ਤੁਹਾਡੇ ਲਈ? ਬੇਟਾ ਨਾ ਖਾਇਓ, ਬਲਕਿ ਨਾ ਹੀ ਖਾਇਓ। ਕਿਉਂ? ਅੱਜ ਨੇ ਐਸਾ ਖਾਣਾ ਬਣਾਇਆ ਕਿ ਗਾਏ ਦਾ ਛੱਡੋ ਪਰਾਂ। ਹਾਏ ਮੇਰੇ ਰੱਬਾ, ਇਸ ਬੰਦੇ ਨੇ ਖਬਰੇ ਕੀ ਕੀ ਚੱਖਿਆ। ਦਾਦੀ, ਅੱਜ ਅਸੀਂ ਬਾਹਰੋਂ ਫਾਸਟ ਫੂਡ ਖਾ ਲਿਆ ਸੀ। ਵੀ ਮਾਂ ਸਦਕੇ ਜਾਵੇ, ਵੀ ਦਾਦੀ ਦੇ ਹੁੰਦੇ ਆ ਬਾਹਰੋਂ ਗੰਦ ਬੁਲਾ ਨਾ ਖਾਇਆ ਕਰ। ਵੇਖ ਇੰਨਾ ਸਾਰਾ ਮੂੰਹ ਨਿਕਲ ਆਇਆ ਤੇਰਾ, ਉੱਤੋਂ ਫਟਕਾਰ ਜ਼ਿਆਦਾ ਸੰਗਤ ਰਹੀ ਫਿਰਨਾ। ਵੇਖੋ ਵਿਚਾਰੇ ਦੀ 15 ਮਿੰਟ ਤੋਂ ਇੱਕ ਲਾਈਨ ਨਹੀਂ ਤਸਲੀਲ ਹੋ ਰਿਹਾ। ਦਾਦੀ, ਕੱਲ੍ਹ ਰਾਤ ਨੀਂਦ ਨਹੀਂ ਆਈ, ਐਸੇ ਹੀ ਕਮਜ਼ੋਰ ਲੱਗ ਰਿਹਾ ਵਾ, ਹਾਲਾਂਕਿ ਅੱਖਾਂ ਵੀ ਬੜੀਆਂ ਬੰਦ ਕੀਤੀਆਂ ਮੈਂ। ਵੇ ਪੁੱਤਰ, ਨੀਂਦਰ ਅੱਖਾਂ ਬੰਦ ਕਰਨਾ ਨਹੀਂ, ਵਾਈਫਾਈ ਬੰਦ ਕਰਨਾ ਆਉਂਦੀ। ਵਾਹ, ਦਾਦੀ ਨੋਜ਼ ਐਵਰੀਥਿੰਗ। ਅਗਰ ਮੇਰੀ ਵਾਈਫ ਨਾ ਆਉਂਦੀ ਨਾ, ਤਾਂ ਕੀ ਹੋਤੀ? ਇਹਨੇ ਵਜ਼ੀਰੇ ਟੈਕਨੋਲੋਜੀ ਹੋਣਾ ਸੀ। ਪਤਾ ਨਹੀਂ ਕਿਹੜੀ ਤੇਰੀ 4 ਫੁੱਟ ਦੀ ਜਾਨੂ ਹੈ ਜਿਹੜੀ ਤੈਨੂੰ ਸੌਣ ਨਹੀਂ ਦਿੰਦੀ। ਰਾਣੀ, ਉਹ ਮੇਰੀ ਰਾਣੀ। ਓ ਜੀ ਜਾਨ, ਗੁੱਡਨੈਸ, ਮੇਰੀ ਜਾਨ, ਵਾਟਸ ਹੈਪਨਿੰਗ ਹੇਅਰ? ਛੜੋ, ਸਦਕੇ ਵੀ ਸਦਕੇ ਐ ਖਜ਼ਾਨ ਰਸੀਦਾ ਲਵਰ। ਓਏ ਅਖਤਰ, ਆਪਣੇ ਘਰ ਦੀ ਖੈਰ ਮਨਾ, ਉਹ ਤੇਰੇ ਘਰ ਤੇ ਰੁਮਾਨੀਅਤ ਦਾ ਹਮਲਾ ਹੋ ਚੁੱਕਿਆ ਹੈ। ਆਪਣਾ ਰੁਮਾਨਾ ਦੇ ਬੇਟੇ, ਇੱਕ ਮਿੰਟ, ਇਹਦੀ ਰੁਮਾਨੀਅਤ ਦਾ ਮਤਲਬ ਕੀ ਹੈ ਜੀ? ਰੁਮਾਨੀਅਤ वैसे ये एक आर्टिस्टिक और इंटेलेक्चुअल मूवमेंट है जिसका आगाज 18वीं सदी में यूरोप से हुआ था। और रुमानियत की जो खसूसियत है ना, वो जज्बात और इनफरादियत पर जोर देती है। मुख्तसर ये कि जो रुमानवी अदीब होता है ना, वो अपने जज्बात और वजदान को हर चीज़ पर फोकियत देता है। और रुमानवी अदीब हाल से ज़्यादा या तो मुस्तकबिल में रहता है या फिर माजी में। और हमारे यहाँ रुमानियत की इब्तदा असल में 19वीं सदी के आखिर में हो चुकी थी, लेकिन असल फरोग जिसे हासिल हुआ था ना, वो पहली जंग अजीम के बाद हुआ था। तो काफ़ी है इतना लेक्चर रुमानियत पे। बहुत अच्छे, एडा छोटा मसला। दादाजी, खैर ना इस उम्र को नवा चाना चढ़ा दे। मेरा अपनी जमीन वंडन का कोई इरादा नहीं है। तो मेरी एक होर गल सुन लवो। हाँ जी। लोगों का जो तो फोन आन ना, तो तुम दोवें फोन तो दूरी इख्तियार करो, दूरी। पुत्र, हम तो अब चिरागे सहर है। बुझा चाहता है। हैं? मैंने तरती गली करा दे, मैं नचा सारी रात। ਸਿੱਧੀ ਗੱਲ ਦੱਸ ਬੱਚੇ ਨੂੰ, ਮੁਸ਼ਹਿਰੇ 'ਚ ਮਿਸਰੀ ਸਪਲਾਈ ਕਰਨ ਵਾਲਿਆ। ਉਹ ਤੂੰ ਫਿਕਰ ਨਾ ਕਰ, ਮੈਂ ਰਾਣੀ ਨੂੰ ਵੀ ਇਸ ਲਈ ਕਹਿੰਦਾ ਕਿ ਨੁਕਰਾਣੀ ਜ਼ਰਾ ਲੰਮਾ ਲੱਗ।
ਵੇ ਪੁੱਤਰ ਮੰਮੀ ਇਹਨੂੰ ਜਾਨੂ ਇਸ ਲਈ ਆਖਦੀ ਆ ਜ਼ਬਾਨ ਤੇ ਛਾਲਿਆਂ ਦੀ ਵਜ੍ਹਾ ਨਾਲ ਜਾਨਵਰ ਕਹਿਣ ਲੱਗਿਆ ਤਕਲੀਫ ਹੁੰਦੀ ਅਗਰ ਤੂੰ ਕਿਸੇ ਲਖਨਊ ਦੇ ਨਵਾਬ ਖਾਨਦਾਨ 'ਚ ਵਿਆਹੀ ਹੁੰਦੀ ਨਾ ਤੇਰੇ ਇਸ ਅਖਲਾਕੀ ਹਮਲੇ ਦੀ ਵਜ੍ਹਾ ਨਾਲ ਤੇਰੇ ਤੇ ਓਨੇ ਪਰਚੇ ਹੋਣੇ ਸਨ ਜਿੰਨੇ ਇਸ ਟਾਈਮ ਇਮਰਾਨ ਖਾਨ ਤੇ ਨਹੀਂ ਹੋਏ ਅਖਤਰ ਇੱਕ ਗੱਲ ਹੋਰ ਸੁਣ ਕੱਲ੍ਹ ਰਾਤੀ ਤੇਰੀ ਦਾਦੀ ਅੱਧੀ ਰਾਤ ਨੂੰ ਵਾਲ ਖੋਲ ਕੇ ਮੈਨੂੰ ਕਹਿੰਦੀ ਬਤਾਓ ਮੈਂ ਕੈਸੀ ਲੱਗ ਰਹੀ ਹਾਂ ਤੇ ਮੈਂ ਉਹਨੂੰ ਕਿਹਾ ਬੱਖੋ ਜੇ ਮੈਨੂੰ ਐਤਲ ਕੁਰਸੀ ਯਾਦ ਨਾ ਹੁੰਦੀ ਰੱਬ ਦੀ ਕਸਮ ਅੱਜ ਮੈਂ ਮਰ ਜਾਣਾ ਸੀ ਇਹ ਆਪੇ ਹਮਲੇ ਵੀ ਕਰਤੇ ਹੈ ਇਹਦੇ ਹਮਲੇ ਨੇ ਮੁਖਤਲਿਫ ਕਿਸਮ ਦੇ ਕਦੀ ਇਖਲਾਕੀ ਹਮਲਾ ਓ ਗੁੱਡਨੈਸ ਕਦੀ ਡੋਈ ਹਮਲਾ ਓਹ ਕਦੀ ਕੁੰਨੀ ਹਮਲਾ ਕਦੀ ਪਿਆਲੀ ਹਮਲਾ ਇਹ ਪਤਾ ਨਹੀਂ ਮੈਨੂੰ ਯੂਕਰੇਨ ਸਮਝਦੀ ਹਰ ਦੋ ਮਿੰਟ ਬਾਅਦ ਰੂਸ ਬਣ ਕੇ ਮੇਰੇ ਤੇ ਚੜ੍ਹਾਈ ਕਰ ਦਿੰਦੀ ਹੋਰ ਪੁੱਤਰ ਸੁਣਾ ਮਾਂ ਤੇਰੀ ਜ਼ਰਾ ਠੀਕ ਹੈ ਹਾਂ ਦਾਦੀ ਠੀਕ ਹੈ ਵੀਨਾ ਤੈਨੂੰ ਮੈਂ ਕੀ ਦੱਸਾਂ ਜੀ ਇਹ ਜਿੱਦਣ ਭਾਗਾਂ ਵਾਲਾ ਬੱਚਾ ਪੈਦਾ ਹੈ ਉਦਣ ਤੇ ਸ਼ਹਿਰੋਂ ਡਾਕਟਰਾਂ ਦੀਆਂ ਇੰਜ ਟੀਮਾਂ ਸਾਡੇ ਪਿੰਡ ਆਈਆਂ ਨੇ ਕਿਉਂ ਉਹਨਾਂ ਨੇ ਚੈੱਕ ਕੀਤਾ ਕਿ ਬੱਚੇ ਨੂੰ ਪੈਦਾ ਹੁੰਦੇ ਵਾਲ ਝਾਰ ਕਿਵੇਂ ਹੋ ਸਕਦਾ ਇਹਨੂੰ ਲੈ ਕੇ ਕੋਈ 2.5-3 ਘੰਟੇ ਐਂਬੂਲੈਂਸ ਤੇ ਵੜੇ ਰਹੇ ਹੋ ਰੋਂਦਾ ਨਹੀਂ ਸੀ ਜਿੱਦਣ ਰੋਇਆ ਤੇ ਨਿੱਕੀ ਜਿਹੀ ਗੱਲ ਤੋਂ ਰੋ ਪਿਆ ਕਿਸ ਬਾਤ ਤੇ ਡਾਕਟਰਾਂ ਨੇ ਸ਼ੀਸ਼ਾ ਵਿਖਾਇਆ ਤੇ ਆਪਣੀ ਸ਼ਕਲ ਵੇਖੀ ਉਹ ਰੋਇਆ ਉਹ ਰੋਇਆ ਦਾਦੀ ਦਾਦਾ ਸਾਡੇ ਦੋਵਾਂ ਦੀ ਮਜ਼ਾਕ ਦੀ ਆਦਤ ਨਹੀਂ ਗਈ ਹਾਲੀ ਤੱਕ ਅੱਛਾ ਬਕਵਾਸ ਨਹੀਂ ਕਰਨੀ ਵੀ ਆਰ ਡੈਮ ਸੀਰੀਅਸ ਖਬਰੇ ਰੋਟੀ ਦੀ ਜਗ੍ਹਾ ਤੇ ਇੰਗਲਿਸ਼ ਅਖਬਾਰ ਖਾ ਗਿਆ ਅੱਜ ਓਏ ਅਖਤਰ ਪਤਾ ਕਰਾਇਆ ਤੇ ਦੋਵੇਂ ਬੜੀ ਅੰਗਰੇਜ਼ੀ ਬੋਲਣ ਲੱਗ ਪੈਣੇ ਵੇ ਜ਼ਰਾ ਦੇ ਬੁੰਡਿਆ ਉੱਤੋਂ ਤੂੰ ਸਾਨੂੰ ਦਾਦੀ ਦਾਦਾ ਨਾ ਕਿਆ ਕਰ ਕਿਉਂ ਦਾਦੀ ਤੁਮਨੇ ਉਡਾਇਆ ਹਮਾਰੀ ਉਮਰ ਕਾ ਮਜ਼ਾਕ ਤੇਰੇ ਐਬ ਤੇਰੀ ਵਿਗ ਨੇ ਛੁਪਾ ਰੱਖੇ ਔਰ ਦਾਦੀ ਕੀ ਹੋ ਗਿਆ ਤੁਹਾਨੂੰ ਯਕੀਨ ਜਾਣੋ ਘਰ ਹੀ ਸੁੱਤਾ ਸੀ ਇਹਦੇ ਵਾਲ ਸਭ ਆਏ ਨੇ ਅੱਛਾ ਕਿਧਰੇ ਵਿਗ ਇਹਦੀ ਡਿੱਗ ਗਈ ਸੀ ਥੱਲੇ ਹੁਣ ਇਹਦੀ ਮਾਂ ਨੂੰ ਤਲਾਕ ਤੇ ਇਹ ਬੰਦਾ ਕੌਣ ਉਹ ਮੁੰਡੇ ਫਿਕਰ ਨਾ ਕਰਿਆ ਕਰੋ ਇਹ ਸਾਡੀ ਦਿਲ ਲੱਗੀ ਪੁਰਾਣੀ ਹੈ ਇੱਕ ਦਿਨ ਮੈਨੂੰ ਕਹਿੰਦੀ ਹੈ ਤਾਜੋ ਦੀਨ ਸਿੰਧੂ ਤੇ ਅਗਰ ਮੈਂ ਤੈਨੂੰ 3 ਦਿਨ ਨਜ਼ਰ ਨਾ ਆਵਾਂ ਤੇ ਕੀ ਮਹਿਸੂਸ ਕਰੇਗਾ ਮੈਂ ਕਿਹਾ ਵਧੀਆ ਤੇ ਆਲਾ ਤੇ ਫਿਰ 3 ਦਿਨ ਨਜ਼ਰ ਨਹੀਂ ਆਈ ਮੈਨੂੰ ਓਹੋ ਫਿਰ 4th ਦਿਨ ਮੈਨੂੰ ਉਦੋਂ ਨਜ਼ਰ ਆਈ ਜਦੋਂ ਮੇਰੀਆਂ ਅੱਖਾਂ ਵੇਖਣ ਦੇ ਕਾਬਲ ਹੋਈਆਂ ਚੱਲ ਹੁਣ ਮੁਫਤੀ ਕਵੀ ਨਾ ਬਣ ਮਰ ਜਾਣਿਆ ਗੱਲ ਸੁਣ ਅਸੀਂ ਦੋਵੇਂ ਕਬਰ 'ਚ ਲੱਤਾਂ ਲਟਕਾ ਕੇ ਬੈਠੇ ਹੋਏ ਹਾਂ ਪਤਾ ਨਹੀਂ ਕਿਹੜੇ ਵੇਲੇ ਸੋਹਣੇ ਰੱਬ ਦਾ ਬੁਲਾਵਾ ਆ ਜਾਏ ਖੈਰ ਨਾ ਅਖਤਰ ਜਵਾਨ ਹੋ ਗਏ ਅੱਜ ਇਹਦਾ ਪਿਓ ਜਿਉਂਦਾ ਹੁੰਦਾ ਉਹ ਇਹਦੀ ਸ਼ਾਦੀ ਦਾ ਖਿਆਲ ਕਰਦਾ ਹੁਣ ਇਹ ਸਾਡੀ ਜ਼ਿੰਮੇਵਾਰੀ ਹੈ ਪੱਖੋ ਗੱਲ ਸੁਣ ਵਿਆਹ ਭਾਵੇਂ ਮੇਰਾ ਆਪਣਾ ਹੋਵੇ ਜਾਂ ਇਹਦਾ ਤਾਜ ਦਿਨ ਸਿੰਧੂ ਤੈਨੂੰ ਫਰੰਟ ਲਾਈਨ 'ਤੇ ਨਜ਼ਰ ਆਏਗਾ ਤਾਜੂ ਬੰਦਿਆ ਇਹ ਆਪਣੇ ਵਿਆਹ ਦੀ ਹਸਰਤ ਲੈ ਕੇ ਤੂੰ ਕਬਰ 'ਚ ਉਤਰੇਗਾ ਇਨਸ਼ਾਅੱਲਾ ਲਓ ਜੀ ਹੋਰਾਂ ਨੂੰ ਹੋਰੀ ਦਾ ਅਤੇ ਅੰਨੇ ਨੂੰ ਡਗੋਰੀ ਦਾ ਦਾਦਾ ਜੀ ਤੁਹਾਨੂੰ ਆਪਣੀ ਫਿਕਰ ਪੈ ਜਾਂਦੀ ਹੈ ਵੇਖੋ ਦਾਦੀ ਨੇ ਕਿੰਨੀ ਸੋਹਣੀ ਗੱਲ ਕੀਤੀ ਮੇਰੇ ਦਿਲ 'ਚ ਲਾਟਾਂ ਜਲ ਰਹੀਆਂ ਮੇਰੇ ਵਿਆਹ ਦੀਆਂ ਗੱਲਾਂ ਕਰ ਲੈਂਦੇ ਹੋ ਮੈਨੂੰ ਮਜ਼ੇ ਆ ਰਹੇ ਨੇ ਮਜ਼ੇ ਬੇਟਾ ਇਹ ਗੱਲ ਦੱਸ ਤੇਰੇ ਕੋਲ ਸ਼ਟਾਲੇ ਦੀ ਬੋ ਕਿਉਂ ਆ ਰਹੀ ਹੈ ਅੱਛਾ ਮੇਰਾ ਪੁੱਤਰ ਮੈਨੂੰ ਇਹ ਦੱਸ ਤੇਰੀ ਨਜ਼ਰ ਇੱਕ ਕੁੜੀ ਹੈ ਕਿ ਨਹੀਂ ਅਏ ਦਾਦਾ ਤੇਰੇ ਨਾਂ ਨੂੰ ਲੀਕ ਨਹੀਂ ਲੱਗਣ ਦਿੱਤੀ ਇੱਕ ਨਹੀਂ ਪੂਰੀ ਲਿਸਟ ਪਾਲ ਰੱਖੀ ਐਸੇ ਤੇ ਆਪ ਦਾਦਾ ਆਈ ਐਮ ਪ੍ਰੂਫ ਯੂ ਸਨ ਤਾਂ ਅੱਜ ਦਿਨਾਂ ਜਿੰਨੀ ਅੰਗਰੇਜ਼ੀ ਬੋਲ ਲੱਗ ਪਿਆ ਸਕੂਲ ਦੇ ਬਾਹਰ ਮਿੱਠੀ ਮਿਲੀ ਤੇ ਨਹੀਂ ਵੇਚਣ ਲੱਗ ਪਿਆ ਬੇਟਾ ਕੁੜੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਖੂਬਸੂਰਤ ਪੜ੍ਹੀ ਲਿਖੀ ਕੱਦ 5 ਫੁੱਟ 8 ਇੰਚ ਇੰਨਾ ਤੇ ਹੋਏਗਾ ਕੋਰਾ ਚਿੱਟਾ ਰੰਗ ਮਾਸ਼ਾਅੱਲਾ ਹੈ ਉਹ ਵੀ ਹੈ ਐ ਮੋਟੀ ਮੋਟੀ ਮੱਝ ਚਿੱਟੀ ਅੱਖ ਪੁੱਤਰ ਅੱਖ ਤੇ ਥੋੜਾ ਕੰਪਰੋਮਾਈਜ਼ ਕਰ ਲੈ ਕਿੱਥੇ ਬਵੇ ਜ਼ਮੀਨ ਨੂੰ ਰੂਪ ਚੜ ਜਾਵੇ ਮਾਸ਼ਾਅੱਲਾ ਇਸ ਤਰ੍ਹਾਂ ਦੀ ਹੈ ਰੂਪ ਚੜਿਆ ਪਿਆ ਕੀ ਖਿਆਲ ਹੈ ਆਪਣੇ ਪੋਤੇ ਕੀ ਸ਼ਕਲ ਦੇਖੀ ਹੈ ਆਪਨੇ ਬੇਟਾ ਰਿਸ਼ਤਾ ਕੈਂਸਲ ਕਿਉਂਕਿ ਕੁੜੀ ਟੀਰੀ ਹੈ ਮੇਰਾ ਪੋਤਾ ਉਹਨੂੰ ਸਮਝਣ ਡਈ ਹੈ ਇਹ ਕੁੜੀ ਉਹ ਸਾਡਾ ਪੋਤਾ ਨਹੀਂ ਉਹ ਸਾਡਾ ਖੋਤਾ ਹੈ ਨਹੀਂ ਉਹ ਹਮਾਰਾ ਪੰਚਿੰਗ ਬੈਗ ਹੈ ਅੱਛਾ ਬੇਟੇ ਮੈਨੂੰ ਕੁੜੀ ਦੱਸ ਮੈਨੂੰ ਖਾਬ ਨਾ ਸੁਣਾ ਪੱਖੋ ਮੈਨੂੰ ਇਹ ਗੱਲ ਤੇ ਦੱਸ ਸਾਡੇ ਘਰ ਜਿਹੜਾ ਲੱਗਾ ਸ਼ੀਸ਼ਾ ਸੀ ਉਹ ਟੁੱਟ ਤੇ ਨਹੀਂ ਗਿਆ ਉਹਨੇ ਕੋਈ ਟੁੱਟਣਾ ਸੀ ਇਹਨੇ ਆਖਰੀ ਦਫ਼ਾ ਉਹ ਸ਼ੀਸ਼ਾ ਕਦੋਂ ਵੇਖਿਆ ਸੀ ਤੂੰ ਪਿੰਡ 'ਚ ਬਹਿ ਕੇ ਮਾਰਲਨ ਮਨਰੋਂ ਲੱਭ ਰਿਹਾ ਇੰਨੀ ਇੰਗਲਿਸ਼ ਤਾਜ ਦੀ ਨਾ ਤੇਰੇ ਖਾਬ 'ਚ ਜੋਬ ਐਡਨ ਤੇ ਨਹੀਂ ਆ ਗਿਆ ਇੰਨੀਆਂ ਕੁਆਲਿਟੀ ਤਾਂ ਮੈਂ ਤੇਰੀ ਦਾਦੀ ਵਾਰੀ ਨਹੀਂ ਸੀ ਗਈਆਂ ਵੇ ਜ਼ਰਾ ਦੇ ਮੁੰਡਿਆ ਇਹ ਦਾਦੀ ਵੇ ਕੀਮੇ ਵਾਲਾ ਨਾਨ ਖਾ ਕੇ ਰੇਤ ਤੇ ਲੇਟਣ ਵਾਲਿਆ ਇਹਨੂੰ ਕੁਛ ਸਮਝਾ ਔਰ ਦਾਦਾ ਇਹਨੇ ਤੁਹਾਨੂੰ ਸਿੱਧੀ ਗੱਲ ਨਹੀਂ ਦੱਸਣੀ ਅੱਛਾ ਜੀ ਮੈਂ ਦੱਸਣਾ ਜੇ ਇਜਾਜ਼ਤ ਹੋ ਤੇ ਉੱਥੇ ਆ ਜਾ ਆ ਜਾ ਆ ਜਾ ਆ ਜਾ ਮੈਨੂੰ ਫਾਈਨਲੀ ਜੀ ਕੀ ਹੋਆ ਉਧਰ ਦਫਾ ਹੋ ਮੇਰੇ ਪ੍ਰੈਮਿਸਿਸ ਕਿਉਂ ਆ ਰਹੇ ਤੇਰੀ ਆਦਤ ਭੈੜੀ ਕੀ ਤਾਪ ਤੋਂ ਅੱਗੇ ਨਿਕਲ ਜਾਂਦਾ ਹੈ ਤੇਰੀਆਂ ਵਾਗਾਂ ਨਾ ਖਿੱਚੇ ਤੂੰ ਰੁਕਦਾ ਨਹੀਂ ਹੈਗਾ
ਇਹ ਬਾਜ਼ਾਰ 'ਚ ਨੁੱਕਰ ਵਾਲਾ ਘਰ ਨਹੀਂ, ਉਹਨਾਂ ਦੀ ਰੱਜੋ ਇਹਨੂੰ ਪਸੰਦ ਹੈ। ਅਗਲੇ ਦਿਨ ਕਿਸੇ ਨੇ ਇਹਨੂੰ ਦੱਸਿਆ ਤੋ ਪਿੰਡ ਦੀਆਂ ਚੰਦ ਕੁੜੀਆਂ ਨਾਲ ਖਾਲ ਤੇ ਕੱਪੜੇ ਧੋਣ ਗਈ ਏ ਤੇ ਫੌਰਨ ਇਹਨੇ ਕੋੜੇ ਤੇ ਕਾਠੀ ਪਾਈ ਏ। ਯਾਨੀ ਕਿ ਤੇਰੇ ਤੇ ਕਾਠੀ ਪਾਈ? ਹਾਂ। ਨਹੀਂ ਦਾਦਾ ਜੀ, ਇਹਨੇ ਫਿਰ ਬੰਦੂਕ ਵੀ ਚੁੱਕ ਕੇ ਗਾਲੇ 'ਚ ਪਾਈ ਏ। ਤਿੰਨ ਕੁੱਤੇ ਤੇ ਦੋ ਨੌਕਰ ਨਾਲ ਲੈਣੇ ਤੇ ਸਿੱਧਾ ਖਾਲ ਤੇ। ਉਹਦੇ ਕੋਲ ਜਾਂਦੇ ਹੀ ਇਹਨੇ ਕੋੜੇ ਨੂੰ ਅੱਡੀ ਮਾਰੀ ਏ ਤੇ ਕੋੜੇ ਨੇ ਅਗਲੇ ਪੈਰ ਚੁੱਕ ਲੈ। ਤੈਨੂੰ ਸੱਟ ਤੇ ਨਹੀਂ ਲੱਗੀ? ਰੱਜੋ ਬੋਲੀ, ਦਰ ਦਰ ਖੱਚ ਦੀ ਖੱਚ, ਆਪਣੀ ਸ਼ਕਲ ਵੇਖੀ? ਤੈਨੂੰ ਕੀ ਲੋੜ ਜਦੋਂ ਸਾਹਮਣੇ ਜਾਣ ਦੀ? ਉਹ ਮੈਨੂੰ ਨਹੀਂ, ਇਹਨੂੰ ਕਿਹਾ ਤੇ ਨਾ ਇਹ ਅੱਗੋਂ ਘਬਰਾਇਆ ਤੇ ਨਾ ਪੱਚੀ ਹੋਇਆ। ਦਾਦਾ ਇਹ ਬਿਲਕੁਲ ਤੇਰੇ ਤੇ ਗਿਆ। ਉਹਨੂੰ ਕਹਿਣ ਲੱਗਾ, ਰੱਜੋ ਮੇਰੀ ਗੱਲ ਸੁਣ, ਸ਼ਕਲ ਮੇਰੀ ਅੱਲਾ ਨੇ ਬਣਾਈ ਹੈ ਤੇ ਅੱਜ ਮੇਰੀ ਤਿਆਰੀ 'ਚ ਕੋਈ ਫਰਕ ਹੈ ਤੇ ਗਿਲਾ ਕਰ। ਵੀ ਉਹ ਮਲਕਾਂ ਦੀ ਕੁੜੀ ਜੇ, ਉਹਨਾਂ ਨੇ ਰਿਸ਼ਤਾ ਨਹੀਂ ਜੇ ਦੇਣਾ। ਮੈਨੂੰ ਉਹ ਨਾ ਲੱਭੀ ਤਾਂ ਮੈਂ ਜ਼ਿੰਦਾ ਨਹੀਂ ਰਵਾਂਗਾ। ਵੇ ਫਲ ਆਪਣੇ ਦਰਖਤ ਤੇ ਜਾਂਦਾ ਹੈ ਤੇ 50 ਸਾਲ ਪਹਿਲੇ ਤੇਰੇ ਦਾਦੇ ਨੇ ਵੀ ਇਸ਼ਕ ਕੀਤਾ ਸੀ। ਉਸ ਕੁੜੀ ਨੂੰ ਕਹਿਣ ਲੱਗਾ ਕਿ ਪੀਨੋ, ਜੇ ਤੂੰ ਮੈਨੂੰ ਨਾ ਮਿਲੀ ਤੇ ਮੈਂ ਫਾਂਸੀ ਲੈ ਲਾਂਗਾ, ਜਾਂ ਮੈਂ ਛੱਤ ਤੋਂ ਡਿੱਗ ਪਾਂਗਾ, ਜਾਂ ਮੈਂ ਖੂਹ ਛਾਲ ਮਾਰ ਦਿਆਂਗਾ। ਉਹ ਦਾਦੀ ਤੂੰ ਦੱਸ ਕੀ ਹੋਇਆ? ਅੱਗੇ ਕੀ ਹੋਣਾ ਸੀ? ਪੀਨੋ ਅੱਗੋਂ ਕਹਿਣ ਲੱਗੀ ਵੀ ਤਾਜੂ, ਜਿਵੇਂ ਤੈਨੂੰ ਸੌਖਾ ਲੱਗਦਾ ਉਂਜ ਕਰ ਲੈ ਤੇ ਇਹ ਬੁਜ਼ਦਰ ਉਹਦਾ ਦਾਦਾ ਬਣ ਗਏ। ਓ ਬੇਟੇ, ਇੱਕ ਰਿਕੁਐਸਟ ਹੈਗੀ। ਉਹ ਕੀਤਾ ਜੀ? ਉੱਥੇ ਬਹਿ ਜਾ, ਤੇਰੀ ਵਿਗੇ ਚੋਂ ਘੱਟਾ ਨਿਕਲਣ ਡਿਆ। ਐਵੇਂ ਨਹੀਂ ਨਿਸ਼ਾ ਦੇਣਗੇ, ਚੱਕ ਪੀਰ ਸ਼ਾਹ ਦੇ ਛਾਣੇ ਜੇ ਜ਼ਿੰਦਾ ਨੇ ਉਹਨੂੰ ਨਾਲ ਲੈ ਵਿਸਣਾ, ਜਿਵੇਂ ਦਾਦਾ ਦਾਦੀ ਦਾ ਹੋਇਆ ਸੀ। ਮੈਂ ਸੁਣਿਆ ਵੱਡੇ ਸ਼ਾਹ ਹੋਰੀ ਅਮਰੀਕਾ ਗਏ ਨੇ। ਹੈਂ? ਪਾਕਿਸਤਾਨ 'ਚ ਜਦੋਂ ਵੀ ਉਹਨਾਂ 'ਤੇ ਚੜਾਵਿਆਂ ਦੀ ਕਮੀ ਆਉਂਦੀ ਹੈ ਤਾਂ ਆਪਣੀ ਮਈਸ਼ਤ ਠੀਕ ਕਰਨ ਵਾਸਤੇ, ਆਪਣੇ ਬੱਚਿਆਂ ਨੂੰ ਠੱਗਣ ਵਾਸਤੇ ਅਮਰੀਕਾ ਚਲੇ ਜਾਂਦੇ ਨੇ। ਹੈਂ? ਅਖਤਰ, ਮੈਂ ਸੁਣਿਆ ਵੱਡੇ ਸ਼ਾਹ ਸਾਹਿਬ ਕੋਲ ਇੱਕ ਕੁੜੀ ਆਈ ਤੇ ਬੋਲੀ, ਸ਼ਾਹ ਸਾਹਿਬ ਮੇਰੇ ਲਈ ਦੁਆ ਕਰੋ, ਕਿਸੇ ਸਮਝਦਾਰ ਆਦਮੀ ਨਾਲ ਮੇਰੀ ਸ਼ਾਦੀ ਹੋ ਜਾਏ। ਤੇ ਅੱਗੋਂ ਬੋਲੇ, ਨਹੀਂ ਹੋ ਸਕਦੀ, ਤੂੰ ਅੱਜ ਤੀਕਰ ਕਿਸੇ ਸਮਝਦਾਰ ਨੂੰ ਸ਼ਾਦੀ ਕਰਦਿਆਂ ਵੇਖਿਆ? ਹਾਂ, ਅਗਰ ਤੂੰ ਜ਼ਿਆਦਾ ਸਮਝਦਾਰ ਨਾਲ ਸ਼ਾਦੀ ਕਰਨੀ ਹੈ ਤੇ ਮੈਂ ਇੱਕ ਦੇ ਸਾਨੀਆਂ 'ਤੇ ਤਿਆਰ। ਬੇਟਾ, ਇੱਕ ਵਾਰੀ ਫਿਰ ਸੋਚ ਲੈ, ਇਹ ਸ਼ਾਦੀ ਦੇ ਲੱਡੂ ਜਿਹਨੇ ਖਾਧਾ ਉਹ ਵੀ ਪਛਤਾਇਆ ਤੇ ਜਿਹਨੇ ਨਾ ਖਾਧਾ ਉਹ ਵੀ ਪਛਤਾਇਆ। ਦਾਦਾ, ਮੈਨੂੰ ਖਾ ਕੇ ਪਛਤਾ, ਜਲਦੀ ਕਰੋ, ਮੇਰੇ ਕੋਲ ਹੁਣ ਨਾ ਇੰਤਜ਼ਾਰ ਨਹੀਂ ਜੀ ਹੋ ਰਿਹਾ। ਵੇ ਮੇਰੀ ਵੀ ਸੁਣ ਲਓ, ਵੇ ਆਪਣੀ ਇੱਜ਼ਤ ਦਾ ਜਨਾਜ਼ਾ ਨਾ ਕਢਾਓ। ਵੇ ਮੈਂ ਕਹਿੰਦੀ ਹਾਂ, ਮਲਕਾਂ ਨੇ ਰਿਸ਼ਤਾ ਨਹੀਂ ਜੇ ਦੇਣਾ, ਨਹੀਂ ਜੇ ਦੇਣਾ। ਉਹ ਕਿਉਂ ਦਾਦੀ? ਵੇ ਉਹਨਾਂ ਨੇ ਮੇਰੇ ਕੋਲ ਆਪਾਂ ਜ਼ਬੈਦਾ ਦੇ ਟੋਟ ਕੇ ਪੁੱਛੇ ਸਨ ਤੇ ਮੈਂ ਨਹੀਂ ਸੀ ਦੱਸੇ ਨਹੀਂ ਜੀ ਉਹਨਾਂ ਰਿਸ਼ਤਾ ਦੇਣਾ। ਪੁੱਤਰ, ਇੱਕ ਦਿਨ ਉਹਨਾਂ ਨੇ ਇੱਥੇ ਖਤਮ ਦੁਆਇਆ, ਚੌਲ ਭੇਜੇ ਨੇ, ਮੈਂ ਉਹਨਾਂ ਦੇ ਭਾਂਡੇ ਵਾਪਸ ਨਹੀਂ ਕੀਤੇ। ਦਾਦਾ ਜੀ, ਮੈਨੂੰ ਨਹੀਂ ਪਤਾ, ਮੈਂ ਵਿਆਹ ਉੱਥੇ ਹੀ ਕਰਨਾ। ਉਹ ਮੈਂ ਜ਼ਿੰਦਾ ਹਾਂ ਤੇ ਆਪਣੇ ਪੁੱਤਰ ਦੀ ਮਰਜ਼ੀ ਦਾ ਵਿਆਹ ਵੀ ਨਾ ਕਰਾ ਸਕਾਂ। ਆਏ ਸਿੰਧੂਆਂ ਨੇ ਤੇਰਾ ਜਿਹਾ ਖਾਬ ਵੀ ਨਹੀਂ ਵੇਖਿਆ। ਜਿਹਦੇ ਤੇ ਜਾਣਾ ਸੀ ਉਹ ਹੀ ਦੌੜ ਗਿਆ। ਓਏ ਮੁੰਡਿਆ, ਜਾ ਗਾਮੇ ਨਾਈ ਨੂੰ ਬੁਲਾ ਕੇ ਲਿਆ, ਹੁਣ ਕਹਿ ਸਿੱਧੂ ਸਾਹਿਬ ਬੁਲਾਉਂਦੇ ਨੇ, ਜਾ। ਜੀ ਦਾਦਾ ਜੀ, ਆ ਤਗੜ 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 ਤਗੜ। ਦਾਦਾ ਬੂ ਮੇਰੇ ਪਿਆਰੇ, ਮੈਂ ਤਾਜੋਦੀਨ ਸਿੰਧੂ ਸਾਹਿਬ, ਇਸ ਰੌਲੇ 'ਚ ਨਾ ਪਵੋ। ਮੈਂ ਚਾਹੁੰਦੀ ਹਾਂ ਕਿ ਤੁਸੀਂ ਆਪਣੀ ਆਈ ਨਾ ਜਾਵੋ, ਮਲਕਾਂ ਦੀ ਆਈ ਨਾ ਜਾਵੋ, ਉਹਨਾਂ ਰਿਸ਼ਤਾ ਨਹੀਂ ਜੇ ਦੇਣਾ। ਆ ਜਾ ਵੀ, ਆ ਜਾ। ਅਸਲਾਮੁਅਲੈਕੁਮ ਚੌਧ ਸਾਹਿਬ। ਆ ਜਾ ਗਾਮੇ, ਚਲੋ ਉੱਥੇ ਬਹਿ। ਅੱਛਾ, ਜਿਵੇਂ ਤੁਸੀਂ ਬੁਲਾਇਆ ਮੈਂ ਦੌੜਦਾ ਹੀ ਚਲਾ ਆਇਆ। ਕਹਨ ਇੱਧਰ ਕਰ। ਲਓ ਜੀ ਚੌਧ ਸਾਹਿਬ, ਜੋ ਮੈਂ ਕਹਾਂ ਜਾ ਕੇ ਮਲਕਾਂ ਦੇ ਮੂੰਹ 'ਤੇ ਤੁੱਕਣਾ। ਮੈਂ ਕਹਾਂਗਾ ਜੀ। ਪੱਕੋ ਵਿਆਹ ਦੀ ਤਿਆਰੀ ਕਰ, ਦੱਸ ਆਪਣੇ ਪੋਤਰੇ ਦੇ ਵਿਆਹ 'ਤੇ ਕਿਹੜੀਆਂ ਕਿਹੜੀਆਂ ਰਸਮਾਂ ਕਰਨੀਆਂ ਨੇ। ਨਹੀਂ ਕੁੜੀਏ ਜੀ, ਤੂੰ ਇੱਥੇ ਸਿਰਫ ਸੋਹਣੀ ਲੱਗਣ ਲਈ ਬੈਠੀ ਹੈ, ਆ ਸ਼ਾਦੀ ਦੀਆਂ ਰਸਮਾਂ ਦੇ ਬਾਰੇ ਤਾਂ ਕੁਝ ਦੱਸ। ਜੂਤਾ ਛੁਪਾਈ, ਰਸਤਾ ਰੁਕਾਈ ਔਰ ਦੂਧ ਪਿਲਾਈ, ਵੈਸੇ ਇਨ ਰਸਮੋਂ ਮੇਂ ਦੁਲਹੇ ਕੀ ਪਾਕਿਟ ਬੜੀ ਹਲਕੀ ਹੋਤੀ ਹੈ। ਔਰ ਇੱਕ ਔਰ ਰਸਮ ਵੀ ਤੋ ਹੈ ਨਾ, ਜਬ ਦੁਲਹਨ ਘਰ ਸੇ ਰੁਖਸਤ ਹੋਤੀ ਹੈ ਤੋ ਬਾਕਾਇਦਾ ਚਾਵਲੋਂ ਕੋ ਆਪਣੇ ਸਰ ਸੇ ਪੀਛੇ ਕੀ ਤਰਫ ਫੇਂਕਤੀ ਹੈ, ਔਰ ਜਬ ਦੁਲਹਨ ਘਰ ਆਤੀ ਹੈ ਤੋ ਉਸਕੇ ਬਾਅਦ ਦਰਵਾਜ਼ੋਂ ਮੇਂ ਤੇਲ ਡਾਲਾ ਜਾਤਾ ਹੈ। ਮੇਰਾ ਖਿਆਲ ਇਸ ਕੇ ਪੀਛੇ ਵੀ ਇਹੀ ਸੋਚ ਹੋਗੀ ਕਿ ਦਿਸ ਬ੍ਰਿੰਗਸ ਗੁੱਡ ਲੱਕ। ਤੋ ਦਾਦੀ, ਸਾਰੀ ਕੀ ਸਾਰੀ ਰਸਮੇਂ ਆਪ ਕਰੇਂਗੀ ਨਾ? ਇਹ ਮੈਂ ਸਾਰੀਆਂ ਰਸਮਾਂ ਕਰਾਂਗੀ। ਆਹਾਂ, ਕਿੱਦਾਂ ਪਾਵਾਂ ਦੀ, ਮੈਂ ਢੋਲਕੀ ਰੱਖਾਂਗੀ। ਵੇ ਮੁੰਡਿਆ, ਹਾਂਜੀ, ਉੱਠ ਵਜਾ ਕੇ ਕੁੜੀਆਂ ਨੂੰ ਕੋਈ ਢੋਲਕੀ ਲੈ ਕੇ ਅੰਦਰ ਰੌਣਕ ਮੇਲਾ ਲਾਣ। ਦਾਦੀ, ਗਿੱਧਾ ਕਿਵੇਂ ਪਾਏਗੀ? ਕਿੰਨੇ ਦਿਨਾਂ ਤੋਂ ਤੂੰ ਜੋੜਾਂ ਦੇ ਦਰਦਾਂ ਦੀ ਸ਼ਿਕਾਇਤ ਵੀ ਕਰਨੀ ਹੈ? ਪੁੱਤਰ, ਮੈਂ ਇਹਨੂੰ ਕੱਲ੍ਹ ਨਾਲ ਲੈ ਕੇ ਗਿਆ ਸੀ। ਅੱਛਾ, 4 ਜੋੜੇ ਕੱਪੜੇ ਨਾਲ ਲੈ ਸੂ, ਅੱਜ ਫਾਕਾ ਹੈ। ਜੋੜੂ ਕਾ ਦਰਦ, ਕੱਪੜੇ ਕੇ ਜੋੜੋ ਸੇ ਠੀਕ ਹੋ ਗਿਆ? ਇਹ ਜੋੜੋ ਕਾ ਦਰਦ ਨਹੀਂ, ਇਹ ਜੋਰੂ ਕਾ ਦਰਦ ਹੈ। ਅਗਾਮੇ ਜੀ, ਸੰਧੂ ਸਾਹਿਬ, ਇਹ ਜਿਹੜੀ ਗੱਲ ਤੈਨੂੰ ਦੱਸੀ ਹੈ ਨਾ, ਆਹੋ, ਜਾ ਕੇ ਮਲਕਾਂ ਦੇ ਬਾਬੇ ਨਾਲ ਗੱਲ ਕਰ। ਅੱਛਾ ਜੀ, ਬਾਕੀ ਗੱਲ ਮੈਂ ਆਪ ਕਰ ਲਾਂ। ਠੀਕ ਹੈ ਜੀ, ਮੈਂ ਇੰਜ ਹੀ ਕਹਾਂਗਾ, ਸੰਧੂ ਸਾਹਿਬ ਨੇ ਕਿਹਾ ਹੈ। ਆਹੋ, ਸਿੰਧੂ ਜ਼ਰੂਰ ਕਹੀ ਉੱਥੇ। ਵੇ ਤੂੰ ਦਫਾ ਨਹੀਂ ਹੋ ਰਿਹਾ, ਜਾ ਕੁੜੀਆਂ ਨੂੰ ਲੈ ਕੇ ਆ,
ਉਹਨਾਂ ਨੂੰ ਕਹਿ ਇੱਥੇ ਢੋਲਕੀ ਰੱਖੋ। ਆਹੋ ਉਹ ਦਾਦੀ ਜੀ ਇਹ ਨਗਿਆ ਤੇ ਆਇਆ ਜਦੋਂ ਤੇਰੀ ਦਾਦੀ ਦਾ ਵਿਆਹ ਹੋਇਆ ਸੀ 20 ਦਿਨ ਢੋਲਕੀ ਰੱਖੀ ਸੀ। ਅੱਛਾ ਜੀ। ਹਾਂ ਕਿਰਾਇਆ ਨਹੀਂ ਦਿੱਤਾ ਸੀ ਨਾ ਫਿਰ ਰੱਖੀ ਰੱਖੀ। ਆਲਿਆ ਮੈਂ ਕੰਨੀਆ ਭਗਤਨੀ ਦੇ ਬਾਦ ਜਾਵੇਂ ਕੰਨੀਆ ਭਗਤਨੀ ਦੀ ਛਾਂ ਜਾਵੇਂ ਕੰਨੀਆ ਹੱਥੇ ਤੇ ਚਮਕਣ ਵਾਲ ਮੇਰੇ ਬੰਦੇ ਦੇ ਹੱਥੇ ਤੇ ਚਮਕਣ ਵਾਲ। ਮੈਨੂੰ ਲੱਗਦਾ ਨਾ ਛੋਟੀ ਮੋਟਰ ਚੱਲ ਪਈ ਏ। ਤੁਸੀਂ ਬੇਟਾ ਨਾ ਪਿੱਛੇ ਆ ਜਾਓ। ਓਕੇ ਤੁਸੀਂ ਆਓ ਔਰ ਬਾਹਰ ਦਫਾ ਹੋ ਜਾ ਜਾ। ਤੂੰ ਆ ਗਿਆ ਪੁੱਤਰ ਰੌਣਕ ਲਾ ਮੇਰਾ ਪੁੱਤਰ ਆ ਜਾ ਮੇਰੀ ਧੀ। ਹਾਂ ਜੀ ਵਾਹ ਇਹ ਬਹੁਤ ਸੋਹਣਾ ਗਾਉਂਦੀ ਏ। ਸਾਡੇ ਤਾਂ ਮੇੜੇ ਤਾਣਾ ਤਣੀ ਦਾ ਸਾਡੇ ਤਾਂ ਮੇੜੇ ਤਾਣਾ ਤਣੀ ਦਾ ਹੁੰਦੇ ਦਾ ਦਾਦਾ ਤਾਣਾ ਸਦੀਂਦਾ ਮੁੰਡੇ ਦਾ ਦਾਦਾ ਤਾਣਾ ਸਦੀਂਦਾ। ਨੀ ਕੁੜੀਏ ਪੁੱਤਰ ਜਿੰਨਾ ਤੂੰ ਸਾਡੇ ਵਿਹੜੇ 'ਚ ਨੱਸੀ ਹੈ ਨਾ ਅਗਰ ਸੜਕ ਤੇ ਨੱਸਦੀ ਤਾਂ ਤੂੰ ਖਾਨੇਵਾਲ ਕ੍ਰਾਸ ਕਰ ਗਈ ਸੀ। ਸਾਹਿਬ ਚੌਰੀ ਸਾਹਿਬ। ਹਾਂਜੀ ਹਾਂਜੀ ਤਿਆਰੀ ਕਰ ਲਓ। ਕੀ ਹੋਇਆ? ਮਲਕਾਂ ਨੇ ਵਿਆਹ ਦੀ ਗੱਲ ਸੁਣ ਕੇ ਜਲਗਾਰ ਲਈ ਬੰਦੇ ਇਕੱਠੇ ਕਰ ਲਏ ਨੇ। ਜਲਗਾਰ ਲਈ? ਹਾਂਜੀ ਜਲਗਾਰ ਲਈ। ਹਾਂਜੀ ਦਾਦੀ ਦਾਦੀ ਦਾਦਾ ਦਾਦੀ ਮੈਨੂੰ ਕੱਲਿਆਂ ਛੱਡ ਕੇ ਨਾ ਜਾਓ ਮੈਂ ਮਲਕਾ ਦੀ ਕੁੜੀ ਨਾਲ ਵਿਆਹ ਨਹੀਂ ਕਰਾਵਾਂਗਾ। ਹੁਣ ਪਿਓ ਦਾ ਪੁੱਤਰ ਹੈ ਤੇ ਇਸ ਗੱਲ ਤੇ ਪੱਕਾ ਰਹੀ। ਯਹਾਂ ਪਰ ਵਕਤ ਹੁਆ ਹੈ ਇੱਕ ਬ੍ਰੇਕ ਕਾ ਤੇ ਵਿਦਾਸ। ਵੈਲਕਮ ਬੈਕ ਟੂ ਮਸਤੀਆਂ। ਅੱਛਾ ਇਹ ਇਸ਼ਕੀਆ ਦਾਸਤਾਨੋਂ ਮੈਂ ਹਮਨੇ ਜਿਤਨੇ ਵੀ ਆਸ਼ਕੋਂ ਕੇ ਬਾਰੇ ਮੈਂ ਪੜਾਇਆ ਨਾ ਸਭੀ ਸੁਸਤ ਔਰ ਕਾਹਲ ਥੇ ਸਿਵਾਏ ਫਰਹਾਦ ਕੇ। ਫਰਹਾਦ ਨੇ ਤੋ ਆਪਣੇ ਇਸ਼ਕ ਕੋ ਪਾਣੇ ਕੇ ਲੀਏ ਨਾ ਸਿਰਫ ਪਹਾੜ ਕੋ ਤੋੜਾ ਬਲਕਿ ਦਰਿਆ ਕਾ ਰੁਖ ਵੀ ਮੋੜ ਦਿਆ। ਔਰ ਅਗਰ ਯਹੀ ਕਾਮ ਹਕੂਮਤ ਕੋ ਕਰਨਾ ਪੜਤਾ ਤੋ ਦਰਿਆ ਤੋ ਨਾ ਨਿਕਲਤਾ ਲੇਕਿਨ ਵੋ ਜ਼ਰਾ ਕਰਪਸ਼ਨ ਕੇ ਕੇਸਿਸ ਮੇਂ ਪੇਸ਼ੀਆਂ ਜ਼ਰੂਰ ਭੁਗਤ ਰਹੇ ਹੋਤੇ। ਫਰਹਾਦ ਕੇ ਸਾਥ ਯੂੰ ਤੋ ਬਹੁਤ ਨਾਇਨਸਾਫੀਆਂ ਹੋਈਆਂ ਲੇਕਿਨ ਸਭ ਸੇ ਜ਼ਿਆਦਾ ਨਾਇਨਸਾਫੀ ਉਨਕੇ ਸਾਥ ਸ਼ਾਇਰੋਂ ਨੇ ਕੀ ਹੈ। ਬਾਕੀ ਸਾਰੇ ਆਸ਼ਕੋ ਕੋ ਤੋ ਇਤਨਾ ਜ਼ਿਆਦਾ ਗਲੋਰੀਫਾਈ ਕੀਆ ਲੇਕਿਨ ਫਰਹਾਦ ਕੋ ਕੋਹਕਨ ਕਹਿ ਕਰ ਪੁਕਾਰਾ ਹੈ। ਵੈਸੇ ਆਪਸ ਕੀ ਬਾਤ ਹੈ ਅਗਰ ਹਰ ਸ਼ਹਿਰ ਮੇਂ ਸਿਰਫ ਦੋ ਵੀ ਫਰਹਾਦ ਹੋਣਾ ਤੋ ਪੀਨੇ ਕੇ ਸਾਫ ਪਾਣੀ ਕਾ ਮਸਲਾ ਤੋ ਹੱਲ ਹੋ ਹੀ ਸਕਤਾ ਹੈ। ਔਰ ਅਗਰ ਆਪ ਵੀ ਆਪਣੀ ਮਹਿਬੂਬਾ ਕੇ ਲੀਏ ਪਹਾੜ ਨਹੀਂ ਤੋੜ ਸਕਤੇ ਤੋ ਕਮ ਸੇ ਕਮ ਉਸਕੇ ਮੁਹੱਲੇ ਮੇਂ ਵਾਟਰ ਫਿਲਟਰ ਤੋ ਲਗਵਾ ਹੀ ਸਕਤੇ ਹੈ। ਫਰਹਾਦ ਨੇ ਇਤਨਾ ਬੜਾ ਕਾਮ ਕੀਆ ਥਾ ਨਾਮੁਮਕਿਨ ਕਾਮ ਕੋ ਮੁਮਕਿਨ ਬਣਾਇਆ ਥਾ ਤੋ ਸ਼ੀਰੀ ਉਨਕੇ ਇਸ ਇਕਦਾਮ ਕੋ ਕਿਸ ਨਜ਼ਰ ਸੇ ਦੇਖਤੀ ਹੈ। ਆਈਏ ਉਨ੍ਹੇ ਸੇ ਪੁੱਛਤੇ ਹੈਂ। ਵੈਲਕਮ ਟੂ ਮਸਤੀਆਂ। ਬੜੀ ਮਿਹਰਬਾਨੀ ਇੱਧਰ ਮਿਲੋ। ਸਲਾਮ ਅਲੈਕੁਮ। ਯੇ ਫਰਹਾਦ ਹੈ? ਸ਼ੀਰੀ ਹੈ ਮੇਰੀ। ਤੁਸੀਂ ਕੀ ਸਮਝਿਆ ਚਾਹਤ ਫਤਿਹ ਅਲੀ ਖਾਨ ਦੀ ਮੰਗੇਤਰ ਮੇਰੇ ਨਾਲ ਬੈਠੀ? ਇਹੋ ਜਿਹੀ ਜਾਦੂਗਰਨੀ ਪੁੱਠਾ ਜਾਦੂ ਕਰਕੇ ਆਪਣੇ ਤੇ ਛੱਤ ਸੱਟ ਲੈਂਦੀ ਹੁੰਦੀ। ਨਾਮ ਤੁਹਾਡਾ ਸ਼ੀਰੀ ਹੈ, ਮੂੰਹ ਤੁਹਾਡਾ ਬਹੁਤ ਬਕਬਕਾ ਜਿਹਾ ਹੈ। ਇਹ ਉਹ ਮੱਥਾ ਜਿਹੜਾ ਬੰਦਾ ਕਹਿੰਦਾ ਨਹੀਂ ਸਵੇਰੇ ਸਵੇਰੇ ਹੀ ਮੇਰੇ ਮੱਥੇ ਲੱਗ ਗਏ ਆ। ਇਹ ਫਰਹਾਦ ਘੱਟ ਲੱਗ ਰਿਹਾ ਪਰਫਿਊਮ ਮੂਵੀ ਦਾ ਵਿਲਨ ਬਹੁਤਾ ਲੱਗ ਰਿਹਾ। ਬੜੀ ਚੰਗੀ ਗੱਲ ਕੀਤੀ ਹੋਈ, ਅੰਬ ਦੇ ਭੁਲੇਖੇ ਚੂਚਾ ਪੋਲਾ ਕਰਕੇ ਚੂਪਣ ਵਾਲੇ। ਇਹ ਕਹਾਣੀ ਉਦੋਂ ਸ਼ੁਰੂ ਹੋਈ ਹੈ ਬਟਿਆਰੇ, ਮੈਂ ਤੇ ਨਾਸਰ ਚਨੋਟੀ ਇੱਕੋ ਦੁਕਾਨ ਤੇ ਤਰਖਾਣਾ ਦਾ ਕੰਮ ਕਰ ਰਹੇ ਸੀ। ਅਬ ਨਾਸਰ ਚਨੋਟੀ ਹੈ ਵੀ ਨਹੀਂ ਕਿ ਕਨਫਰਮ ਕਰ ਦੇ। ਮੈਂ ਫਰਨੀਚਰ ਬਣਾਉਣਾ ਸੀ ਤੇ ਨਾਸਰ ਚਨੋਟੀ ਮੂੰਹ ਨਾਲ ਲੱਕੜ ਚੈੱਕ ਕਰਕੇ ਦੱਸਦਾ ਸੀ ਕਿ ਇਸ ਲੱਕੜ ਨੂੰ ਘੁਣ ਨਹੀਂ ਲੱਗੇ। ਸਹੀ ਬਾਤ ਹੈ, ਇੱਕਦਮ ਦਾ ਮੂੰਹ ਹੀ ਰੰਬੇ ਫਿਰ ਗਏ। ਨਾਸਰ ਚਨੋਟੀ ਦੇ ਦਿਲ 'ਚ ਫਨ ਦੀ ਸ਼ਮਾ ਜਾਗ ਪਈ। ਓਹੋ ਤੇ ਮੇਰੇ ਸੀਨੇ 'ਚ ਇਸ਼ਕ ਦੀ ਲਹਿਰ। ਓਏ ਹੋਏ ਹਾਏ, ਦੋਵੇਂ ਆਪਣੀ ਆਪਣੀ ਮੰਜ਼ਿਲ ਤੇ ਟੁਰ ਗਏ। ਨਾਸਰ ਲੈਲਪੁਰ ਨਿਕਲ ਗਿਆ ਤੇ ਮੈਂ ਇਰਾਨ। ਮੁਝੇ ਤੋ ਆਪ ਪੇ ਹੈਰਤ ਹੈ ਫਰਹਾਦ, ਆਪਕਾ ਇਤਨਾ ਪਥੈਟਿਕ ਟੇਸਟ ਹੈ, ਇਸ ਪੇ ਆਪਕਾ ਦਿਲ ਆਇਆ। ਤੁਹਾਨੂੰ ਪਤਾ ਹੈ ਮੈਂ ਰਾਜੇ ਦੀ ਬੇਟੀ ਆ, ਇਹ ਮੇਰਾ ਮੱਥਾ ਐਵੇਂ ਨਹੀਂ ਵੱਡਾ ਹੋਇਆ, ਨਸੀਬਾਂ ਵਾਲੀਆਂ ਦੇ ਮੱਥੇ ਵੱਡੇ ਹੁੰਦੇ ਨੇ। ਇੱਕ ਮਿੰਟ, ਨਸੀਬਾਂ ਵਾਲੇ ਕੀ? ਅਗਰ ਮੱਥੇ ਬੜੇ ਹੁੰਦੇ ਨਾ ਤਾਂ ਉਹ ਜੋ ਪਿੱਛੇ ਬੰਦਾ ਬੈਠਾ ਨਾ ਉਹ ਅੱਜ ਇਲਨ ਮਸਕ ਹੁੰਦਾ। ਉਸਦਾ ਮੱਥਾ ਯਹਾਂ ਤੋਂ ਸ਼ੁਰੂ ਹੋ ਕੇ ਯਹਾਂ ਤੱਕ ਜਾਂਦਾ ਹੈ। ਇਸ਼ਕ ਅੰਨਾ ਹੁੰਦਾ ਹੈ ਤੇ ਪਹਿਲੇ ਅੱਖਾਂ ਬਣਵਾ ਲਵੇ ਭਾਈ। ਇਹ ਗੰਢ ਬੰਨੀ ਆ, ਮੋਢਾ ਚੜਿਆ ਤੁਹਾਡਾ। ਤੁਰਕੀ ਡਰਾਮਿਆਂ 'ਚ ਇਹੋ ਜਿਹਾ ਬੰਦਾ ਕਹਿੰਦਾ ਹੁੰਦਾ ਇਸ ਤਰਫ ਗਿਆ ਹੈ ਉਹ। ਜਿਹਨਾਂ ਮੁਲਕਾਂ 'ਚ ਨਹੀਂ ਗਈ ਉਹਨਾਂ ਦੀ ਗੱਲ ਕਿਉਂ ਕਰਦੇ? ਰਾਜ ਬੋਲਦਾ ਕਿਉਂ ਨਹੀਂ ਜਵਾਬ ਦੇ ਇਹਨਾਂ ਨੂੰ? ਫਰਹਾਦ ਐਵੇਂ ਤੂੰ ਟਾਈਮ ਹੀ ਜ਼ਾਇਆ ਕੀਤਾ ਜਵਾਨਾ, ਇਹੋ ਜਿਹੀ ਸਵਾਰੀ ਤੇ ਉਕਾੜੇ ਵਾਲੀ ਗੱਡੀ ਵੈਸੇ ਲਾ ਦਿੰਦੀ। ਅੱਛਾ ਸ਼ੀਰੀ ਸਾਹਿਬਾ, ਮੇਰਾ ਆਪ ਸੇ ਇੱਕ ਸਵਾਲ ਹੈ। ਆਪ ਤੋ ਰਾਜਾ ਕੀ ਬੇਟੀ ਥੀ ਨਾ, ਫਿਰ ਆਪਕੋ ਫਰਹਾਦ ਮੇਂ ਕਿਆ ਪਸੰਦ ਆਇਆ? ਅਸਲ ਮੇਂ ਮੁਝੇ ਇਸਕੀ ਮਿਹਨਤ ਪਸੰਦ ਆਈ। ਅੱਛਾ ਫਰਹਾਦ, ਆਪਕੋ ਤੋ ਸ਼ੀਰੀ ਸੇ ਪਹਿਲੀ ਨਜ਼ਰ ਮੇਂ ਮੁਹੱਬਤ ਹੋ ਗਈ। ਸ਼ੀਰੀ ਜਬ ਆਪਨੇ ਫਰਹਾਦ ਕੋ ਦੇਖਾ ਤੋ ਕਿਆ ਮੰਜ਼ਰ ਥਾ? ਅਸਲ ਚ ਵੀਨਾ ਜੀ ਗੱਲ ਹੈ ਵੀ ਕਿ ਪਰਦੇ ਦੇ ਇਸ ਤਰਫ ਮੈਂ ਸਾਂ ਤੇ ਦੂਸਰੀ ਤਰਫ ਫਰਹਾਦ। ਪਰਦਾ ਤੁਸੀਂ ਕਪੜੇ ਦਾ ਸਮਝ ਰਹੇ ਹੋ? ਕਿਸ ਚੀਜ਼ ਦਾ? 2.5 ਇੰਚ ਜਿਹੜਾ ਦਾ ਪਰਦਾ ਸੀ। ਬੇਟੀਆਂ ਔਰ ਅਲੀ ਲੈਲਾ ਪਰਦਾ। ਅੱਛਾ ਅਸੀਂ ਸਾਰੇ ਹੀ ਟਾਈਮ ਲਾਇਆ ਕਰਨ ਡਏ, ਮੈਨੂੰ ਲੱਗਦਾ ਦੋਵੇਂ ਪਾਗਲਖਾਨੇ ਉਹ ਦੌੜੇ ਨੇ।
और नेशनल ज्योग्राफिक चैनल से ना फरादर की आवाज आती आगे गहरी गुफा है। मैं तो इन वेख के बेहोश होया सर जो होश आई तो पूरे रान च रौला पै चुका सर कि मैं तो हुसन की ताब ना ला के बेहोश बेहोश हो गया। मैं रान चो डिपोर्ट भी होना चाहना सर लेकिन उतो के लोग मैं डिपोर्ट नहीं सुनते। उतने एक तेल का खूह खाली थी उतने इन्हें जॉब कर ली इन्हें उन्हें मौत का खूह बना लिया मेरी मोहब्बत च इन्हें वह खूह आबाद किया इस वजह तो यह डिपोर्ट नहीं हो सकता क्योंकि एंटरटेनमेंट का समान इनके को बहुत सी विचों विच मोहब्बत भी प्रमाण चढ़ती रही नालियां टोए कटता मेरे तक पहुंचता रहा। असल में फराद ये काम कर सकता तब मैंने अपने वालिद को मजबूर किया कि मेरी मोहब्बत है फरहाद वो आपकी डिमांड पूरी कर सकते हैं तो रावी कट सकते हैं। अच्छा फरहाद जब आपने कमिटमेंट कर ली कि मैं पहाड़ काट के यहाँ से दरिया निकालूंगा बाद में ख्याल तो नहीं आया ये मैंने क्या कर दिया। बस मैं रानो नस नहीं सी सकता मैं मजबूरन सारे काम किए ये प्यो ने सिर्फ नहर की शर्त नहीं सी रखी और क्या ये प्यो ने फिर पहली शर्त मैंने ये रखी सी अगर तू मेरी शीरी ने व्याह करना चाहना तो नौमन हरनी होगा दूध भी ला के दो ना नौमन दूध होगा ना शीरी नाचेगी नौमन दूध शासक ने इकट्ठा किया नौमन दूध हरनी का अरेंज कैसे किया था सारे जी वॉशिंग मशीन चला के बनाया थी। फरहाद ने तो शीरी के लिए पहाड़ काट डाला मैं जानना चाहती हूँ कि शीरी ने ऐसा क्या किया। अच्छा फरहाद ने मेरे लिए कोई एक स्टेप नहीं इसने लाखों स्टेप किए हैं। क्या मतलब एक थोड़ी जी नहर काट देते तो नाल हल्का ये इंज भी कर दिया डांस के स्टेप्स। अच्छा इतना मुश्किल प्रोजेक्ट था पहाड़ काटना आप इनको खाने वाने चीजें भेजती थी सारा कुछ भेजती था खाना थी मगर ना खाने की प्रॉब्लम नहीं थी क्योंकि उम्र ज्यादा थी ना तो जिथे नहीं जाना इनको खाना कहते थे नरम रोटियां ना अपना जिड़िया वो भेज मैं कभी सख्त खाना नहीं भेजा नरम पप्पा चौल बना के साबूदाना वगैरह सेवियां रान चनू ताने भी वजने शुरू हो गए सी शीरी दादे ना सेट हुई मशगूल हो गया भीड़ इतने सराने रख दिता कां आया तो चुके ले गया कां मेरा भीड़ मुंह च लैके जा रहा शीरी थले नस रही है कां कह रही वै सुट दे मेरे आशिक दी खाना हजम करने वाली मशीन थले कां दी मेहरबानी किस बात की उन्हें जो शीरी का मथा वेख्या उन्हें कह देना मैं मथा नहीं ला सकता सुट गया। शादी क्यों नहीं हो सकी आप दोनों की कोशिश तो इन्हों की हैगी सी मगर ये मियार ते पूरा नहीं उतरे मियार ते मैं क्यों नहीं पूरा उतरिया तेरे प्यो राजे ने मेरे नाल धोखा किया जो मैं पानी की नहर कढ़ दी थी राजे ने मशहूर करता जिन्हों तू शेरी समझ रहे हो शेरा है चक्कर खा के मैं नहर च डिग गया वा शेरी भाजी नीवा होके मैं वेख रही सी मैं क्या ए किड़ा दरियाई घोड़ा गुजर रहा है उन्हें क्या ये तेरा फरहाद है ओए होए मैं क्या हां हाय डूब के भी इनू रूप नहीं चढ़िया मीना जी मैं आपसे एक बात पूछना चाहती हूं जिंदा है आप इनको छोड़े आप मुझे ये बताएं कि इस तरह की जो कहानियां होती हैं ये सच भी है या मनगढ़ंत है सारी। अच्छा मुंह क्यों ऐडा खींची है खुल के क्यों नहीं गल कर रही चीरी और फरहाद का जो किस्सा है ना इसके कई वर्जन्स मौजूद हैं लेकिन जो मोस्ट पॉपुलर वर्जन है उसके मुताबिक स्टोरी कुछ यूं है कि शीरी जो थी वाकई एक महाराजा की बेटी थी और इनको ना दूध बहुत ज़्यादा पसंद था लेकिन जिस इलाके से ये ताल्लुक रखती थी शाहपुर आकिल एक्चुअली वहाँ पर लोगों की मरहूब गिजा ही दूध थी तो चूंकि शीरी के पास जो दूध था वो बड़ी मुश्किलों से पहुंचा करता था चरागाह से लेकर तो एक दिन शीरी ने ख्याल किया कि भाई कोई ऐसा तरीका होना चाहिए कि जो चरागाह है ना वहाँ से दूध डायरेक्टली नहर के जरिए से मेरे महल तक पहुँचे। तो फिर इस तरह से जो फरहाद का तारुफ था वो एक मुलाजिम के जरिए से शीरी को हुआ। अच्छा शीरी की स्टोरी सुनने के बाद ना आई बिलीव दिस बिकॉज आई लव मिल्क और शीरी भी दूध में बहुत सारे जैसे मशरूबात वगैरह और बहुत सारी चीज़ें डाल के पिया करती थी। यू नो इन गिवन टाइम अगर मुझे जिंदा रहना पड़े ना और मुझे कहा जाए कि सिर्फ दूध अवेलेबल है तो आई कैन सर्वाइव। और ताड़े रे की तितली इना को उड़े ना तो थक जांदी हुंदी ऐसा कुछ नहीं है 100 पुशअप्स लगाती हूँ मैं एक टाइम नहीं एक गो में नहीं हो सकता। नो किस दिन मुकाबला करें यहाँ पे कर लो। अच्छा चलो प्लैंक्स आप एक वक्त में कितने मिनट कर सकते हैं। हम इस फ्लैंक्स पे बहुत मुश्किल से बैठते हैं हम प्लैंक्स का करेंगे 100 पुशअप कर दे हो ए वेखो 200 पुशअप कर दी और तुम इंज जाके इंज हो जाते हो ना ये अपना मथा रगड़ के जाती सही बिना जी तुम की पुशअप करते होवोगे
जो मेरा फराग पुशअप करता सी पुशअप्स अच्छा ईरान दे कोने कोने ते ने पुशअप कीता है इनकी वजह से लिखा है कि यहां पर पुशअप करना मना है मस्तियों में वक्त हुआ है एक ब्रेक का स्टे विद अस वेलकम बैक टू मस्तियां और अब देखते हैं कि आज प्रोग्राम में खबर क्या है जी क्या खबर है खबर है कि भूत का रूप धार कर लोगों को लूटने वाला गैंग गिरफ्तार ये नया गैंग निकला है कोई घोस्ट गैंग डराते हैं ना लोग कितने प्रैंक्स देखते हैं हम यूट्यूब पे सोशल मीडिया पे लेकिन लूटते हाँ ये पहली दफा सुना आवाज देखी थी भाई रोजे बंदे ऐसे वोकल ना जिन हाजिर कर दे जिन हाजिर हो वड्डी तो वड्डी फरमाइश की कर रही है क्या मैनू सियालकोट छड़ गया ये तो पाइन तुसी बहुत वड्डी गल करती हां ये तो सिर्फ जिन हाजिर करके सिर्फ इन्हें कहते यार तेरे को सिगरेट है ये पाकिस्तानी वाकया है ये ब्राजील का वाकया वैसे तो ब्राजील में क्राइम रेट बहुत ज्यादा है लेकिन जो गैंगस्टर्स है ना उनको ये नया तरीका समझ आया कि मास्क पहन के भूत बन के लोगों को डरा के तो जब लोगों को डराते हैं तो वो अपने बाइक से गाड़ियां वगैरह छोड़ के भाग जाते हैं तो वो चोरी करके भाग जाते थे पकड़ा गया वो गैंग अच्छा ये कुछ जेन जुन बन के डरा यार तू एटा क्यों सीरियस ले रहा है तेनू कोई ऐसे बंदे रोक लेना जिन्होंने मास्क पाए हो जिन भूत बने हो तू चुप करके एक काम करना फौरन अपनी वेग उतार देना फिक्र ना करो कानून के हाथ आ गए आपकी ख्वाहिश पूरी होगी ये बताए कि आपसे कौन डरता है आपको देख के तो हंसी आ रही है एक मिनट मेरी बात सुनो आपको डर नहीं लग रहा इससे तो नहीं लग रहा कम से कम उन्होंने जो मास्क पहने उनसे भी नहीं लग रहा एक मिनट तुम मास्क उतारो भी मास्क उतारो अब लगा डर के नहीं लगा इनू की लोड़ सी मास्क पाने तेरे ते अल्लाह दी वैसे बड़ी रहमत है वो तो हो गया ते ए ए थल्ले ते केड़ा डाकू चोर है इनका भी तो चेहरा दिखाए ना कौन है ये अपना बताओ भी कौन हो तुम लो जी खवातीन भी हैं आपके गैंग में ये औरतों ने लूट दी है ना ये जो पीछे बैठे हैं चार्ल्स शोभराज ये क्यों बैठे हुए दामिर हैं दामिर इन्हें लो बैठे रहने दो जो बोल पे थे ऐसी मर जाना आप भी लोगों को डरा के लूटते हैं नहीं नहीं असल में ये वो बदनसीब इंसान है जिसकी गाड़ी को इन लोगों ने लूटा है मेरे साथ वारदात हुई है मैं असल में अपनी फैमिली को पिकनिक पर लेकर जा रहा था रास्ते में मैंने देखा कि भूत ने मुझे रोक लिया मैं पहले घबराया और बाद में मेरे हाथों से ही मेरी गाड़ी मुझसे छीन ली गई और तुमने पौध नहीं लिया होगा अच्छा ये जो गैंग आपने बनाया इसके सरगना आप है हाँ जी ये आप क्यों करते हैं चोरियों और बाकियों की चोरियों पे क्यों लगाया आपने दरअसल ये साड़ी पे है ने वो पुलिस से उदी तनु की फिक्र है हां इसकी बात हो रही है भगन इसकी बात हो रही है ये साड़ी पे है ने शर्म नहीं आती अपनी बहन को किस काम पे लगाया आप असी बेरोजगार हां दोवे ओ मेरा भरा है जेड़ा पीछे बैठा है अच्छा आप तीनों बहन भाई हैं हां जी असी इहदी शादी करनी सी कारोबार को लब नहीं सी रहा जब महीने का रेंट सर पे आया हो जब घर का राशन जरूरियात की चीजें ना हो तो मेहनत करते हैं चोरियां थोड़ी करते हैं देखिए जवान बहन ब्याहने वाली है क्या करते हम तो चोरों की बहन के साथ फिर शादी करेगा कौन ये जब आपके भाई गलत काम कर रहे थे तो आपने रोका नहीं इन्हें मैं आपको क्या बताऊं मैं बहुत मजबूर हूं कि मेरे भाई आज मैं आपको बता रही हूं बेचारी मजबूरी है ना परावा ना बैग रोटी खानी पड़ती है आप मेरी बात सुने हां बोलो मैं बहुत परेशान हूं मैं तो पढ़ लिख कर कुछ बनना चाहती थी इन्होंने मेरे पर काट दिए मैंने सोचा कि मेरी शादी होगी तो शायद मेरा शौहर मुझे आगे पढ़ने दे लेकिन जहां भी रिश्ते की बात चलती है वो कहते हैं तुम लोग तो चोर हो गाड़ियां चोरी करके लाओ इतना इतना सामान मांग लेते हैं कर दो बहना कहीं जमीन ना फट जाए असल में ये फ्लॉप फिल्म के एक्टर ने सारे सर जी पुलिस वाले साहब ये पुलिस मुकाबले तो बाद फड़े जाए डांस मुकाबले तो बाद अब इनको लेके जाऊंगा मैं साओ पोलो जेल बस साओ पोलो जाके ना और पिछले ना पोलो पोलो छितर मारने साओ पोलो तो बहुत खतरनाक जेल है खतरनाक किस सेंस में वो इसलिए कि इस जेल में इनमेट्स के ऊपर बहुत ज्यादा सख्ती होती है और वहां पर इनमेट्स के दरमियान लड़ाई के मुकाबले भी करवाए जाते हैं और जो जीत जाते हैं उसकी सजा में भी कमी होती है मगर बहुत ही सख्त और स्ट्रिक्ट किस्म की जेल है बंदे मर भी जाते हैं अच्छा तो कोशिश करना है तो जाते हैं मुकाबला करा दे नासर साहब जिते आज कैसे भाई हत्थां चात किसी ने पाने ही नहीं क्यों तू पागे वेख लग क्यों वैसे गाड़ियां चोरी करने वालों का एक ये भी तरीका वारदात है
मोटरवे पुलिस ने पिछले दिनों एक वार्निंग जारी की थी कि अगर आप किसी सुनसान रास्ते से गुजरें तो नॉर्मली चोरों का जो तरीका वारदात होता है ना, वो ये होता है कि आपकी विंड स्क्रीन पर अंडा फेंक देते हैं, तो उससे आपकी स्क्रीन ब्लर हो जाती है। आप जब रुकते हैं उस जगह पे, बाहर निकलते हैं, तो चोर जो है वो आपकी गाड़ी लेके भाग जाते हैं। तो आप में से किसी के साथ अगर कोई ऐसा वाकया पेश आए तो कभी भी आपने गाड़ी के वाइपर्स नहीं चलाने, वाइपर नहीं चलाने, थोड़ा जा ऑयल पाना, प्याज कट के उसके ऊपर पाना, उसके बाद स्क्रीन नु थोड़ा जा गर्म करना है, कच भुना जा हो जाए तो ला लेना। आप लोग भी अंडे शंडे मारते हो? अगर इन्हां कोल अंडियां दे पैसे होंदे ते इन्हां डाके मार रहे थे। आपका तरीका वारदात क्या है, किस किस तरह से लोगों को डराते हैं? मैं आपको बताती हूँ, ये मुझसे शुरू करते हैं। सबसे पहले मैं लिफ्ट लेती हूँ, अच्छा। गाड़ी रुकती है और ये भाई गन निकाल लेते हैं और ये भाई कुछ नहीं निकालते। तो आपके भाई भी बहुत मेहनत करते हैं, ये तो गुस्से ना मालिक को कहते बाहर निकलो, अच्छा, वो तो बाहर निकलता फिर गड्डी दे मैट कट के सारे झाड़ के दोबारा बिछा के फिर हल्का जहा अंदर परफ्यूम करके फिर उन्होंने कहते हूँ बैठ। यह पसौल रख के बंदे तो बैठा होंगे, ये उस बार चारे टायर धोंदा है अब पिछला। अगर डाके थोड़ी जी लेट हो तो गड्डी नू पॉलिश भी करना पड़ता। विनय जी अब ना फ्राडिये भला क्या करते हैं ये चोर, रात 12 बजे के बाद आके ना मोहल्ले में कोई बेल देते हैं तो एक बंदा दरवाजे की आगे होता है, एक पीछे खड़ा होता है, तो पूछते हैं ओ जी राह भूल गए हैं भाई जान, तो जरा बाहर आके दसना थी इधर नू जाना है। मैं उन्हें क्या, मैं क्या ओ भाई जा जाके राह लब जेड़ा लबना ही। तुसी अंदरों क्या? हां मैं अंदरों क्या। तुसी बंदे वेख रहे हैं? सीसीटीवी कैमरे से मैं देख रहा था। इन्होंने जो सीसीटीवी लगवाए ना वो एक फैक्ट्री में लगते हैं जितने बड़े हैं, तकरीबन 7-8 कैमरे लगवाए हुए हैं। 5 कैमरे लगाए हैं। 5 कैमरे? घर कितना बड़ा है आपका? 2 मरले का घर है। और तुम्हें पता है एक कैमरे 4 कैमरे भी आ रहे होंगे ना, एडा छोटा घर आप उसे लड़ पेंदे ने। इधर घर एक बार चोर आ गया, 5 कैमरे च नहीं आया। क्यों? छोटा जहा घर है, किसी को दुकान आ जाए, लत आ जाए, नजीक से कितने लगे हुए लगे किसी बंदे के टोटे हुए ना लंघ रहा है। ये जड़ा ना चोर सिर्फ बाहरों फड़ सकता, जड़ा 2 मरले के अंदर वड़ गया ना वो कैमरे च नहीं आता। 2 मरले का घर है तो सौन लगे तो बुरखा भी चढ़ा जिम्मे गड्डी से चढ़ाई जाए। वैसे गाड़ियों को चोरी से बचाने का ये भी बड़ा अच्छा तरीका है, अगर आपने गाड़ी पे कवर डाला हो ना तो चोर ये वाली मुशक्कत नहीं करते, क्योंकि ये भी पता नहीं चलता कि कौन से मॉडल की गाड़ी है, आया चोरी करनी भी चाहिए या नहीं। तो कवर डाल के अगर आप गाड़ी पे रखे ना तो चोरी से बचा सकते हैं। और हमेशा जो गाड़ी है ना वो लाइट में पार्क करें, हाँ, अंधेरे में पार्क, अंधेरे में ना करें, और कोशिश करें कि जब टाइम ज्यादा हो जाए तो गाड़ियां जो गैरेज में वो पार्क कर लें। अच्छा, वैसे गाड़ियों की चोरियां जो है ना वक्त के साथ साथ कम होती जाती है, वो उसकी सबसे बड़ी वजह ये है कि अब जाहिरी बात है लेटेस्ट डिवाइसेज हैं। लाल मोड़ा डाकू तू चाहना कि तेरे सिर तो तेरी भैन का भार उतर जाए। हाँ जी, भैन का भार लान तो पहले ना वह भरा का भार सिर तो ला। पहली चोरी किस उम्र में की थी आप लोगों ने? 6 साल का सी मैं। 6 साल में क्या कैंडी चोरी की होगी इससे ज्यादा? तो कैंडी नहीं, मेरी मासी आउंदी हुंदी सी कराचीओं सानू मिलन। अच्छा। ओदियां छालियां चोरी कर लईयां, फिर ओदे पैसे कट लै मैं पर्स विचों। अच्छा। ते मेरी अम्मी ने मैनू मारिया घरों कट दिता, सड़कां ते पले आ मेरे भैण भरा मैनू बाद च मिले ने। मेरे ख्याल से अंगूठा तुम्हारा पहली चोरी पे कटा था। एंड विद दिस टाइम टू से गुडबाय, टेक केयर ऑफ योरसेल्फ अंटिल वी मीट अप नेक्स्ट। अल्लाह हाफिज़।